ਸੱਟਾਂ ਵੀ ਬਹੁਤ ਖਾਧੀਆਂ ਤੇ ਡੀਮੋਟੀਵੇਟ ਵੀ ਲੋਕਾਂ ਨੇ ਬਹੁਤ ਕੀਤਾ। ਅੱਛਾ, ਜਦੋਂ ਅਸੀਂ ਸਟਾਰਟ ਕੀਤਾ ਸੀ ਉਦੋਂ ਬਹੁਤ ਡੀਮੋਟੀਵੇਟ ਕੀਤਾ ਲੋਕਾਂ ਨੇ। ਮੈਨੂੰ ਲੱਗਦਾ ਕਿ ਟਾਈਮ ਜਿਹੜਾ ਹੈ ਨਾ ਉਹ ਸਭ ਕੁਝ ਕਲੀਅਰ ਕਰ ਦਿੰਦਾ। ਜਦੋਂ ਸ਼ੁਰੂ 'ਚ ਅਸੀਂ ਫਾਰਮ ਕੀਤਾ ਸੀ ਤੇ ਲੋਕ ਬਹੁਤ ਹੱਸਦੇ ਸੀ ਸਾਨੂੰ ਦੇਖ ਦੇਖ ਕੇ ਕੀ ਕਰ ਲੈਣਗੇ, ਤੇ ਹੁਣ ਆਪੇ ਹੀ ਸਾਰੇ ਕਈ ਵਾਰੀ ਤਾਂ ਕੋਈ ਸਲਾਹ ਵੀ ਲੈਣ ਆਉਂਦੇ ਨੇ ਕੋਈ ਪ੍ਰੋਬਲਮ ਹੋ ਜਾਏ ਕਿਸੇ ਦੇ ਪਸ਼ੂ ਨੂੰ। ਤੇ ਹੁਣ ਇਹਨਾਂ ਗਾਵਾਂ ਦੀ ਵੀ ਨਵੀਂ ਬਰੀਡ ਇੱਕ ਦੋ ਜਿਹੜੀ ਡੈਨਮਾਰਕ ਦੀਆਂ ਵੱਛੀਆਂ ਉਹ ਮੈਂ ਤਿਆਰ ਕਰ ਰਹੀ ਹਾਂ। ਮੈਂ ਤਾਂ ਇਹੀ ਕਹਿੰਦੀ ਹਾਂ ਕਿ ਲੋਕ ਕਹਿੰਦੇ ਆ ਕਿ ਪੰਜਾਬ ਕਰਜ਼ਾਈ ਹੋ ਗਿਆ ਅਤੇ ਬਾਹਰ ਨੂੰ ਭੱਜੋ, ਅਤੇ ਜੇ ਬਾਹਰ ਜਾ ਕੇ ਵੀ ਇਹੀ ਕੰਮ ਕਰਨੇ ਆ, ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਦੇ ਔਰ ਆਪਣੇ ਪੇਰੈਂਟਸ ਦੇ ਨਾਲ ਰਹਿ ਕੇ ਹੀ ਆਪਣੀ ਫੈਮਿਲੀ 'ਚ ਨਾ ਜ਼ਮੀਨਾਂ ਵੇਚੋ ਅਤੇ ਨਾ ਕੁਛ ਇੱਦਾਂ ਦਾ ਬਾਹਰ ਨੂੰ ਭੱਜੋ। ਇੱਥੇ ਸਾਡੇ ਨੇੜੇ ਬੱਕਰੀਆਂ ਲੈ ਕੇ ਫਿਰਦੇ ਹੁੰਦੇ ਸੀ, ਅਤੇ ਇੱਕ ਮੈਨੂੰ ਬੱਚੇ ਬੜੇ ਪਿਆਰੇ ਲੱਗਦੇ ਸੀ ਉਹਨਾਂ ਦੇ, ਅਤੇ ਦੂਜਾ ਉੱਥੇ ਵੀ ਸਾਨੂੰ ਕੋਰਸ 'ਚ ਦੱਸਿਆ ਸੀ ਕਿ ਇਹਨਾਂ ਦੀ ਜਿਹੜੇ ਮਿੰਗਣਾ 'ਚ ਨਾ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਹੁੰਦੀ ਹੈ ਉਹ 'ਚ ਕੁਆਂਟਿਟੀ, ਅਤੇ ਉਹਦੀ ਵਜ੍ਹਾ ਤੋਂ ਕਹਿੰਦੇ ਮਸਟਾਈਟਸ ਨਹੀਂ ਹੁੰਦੀ ਗਾਵਾਂ ਨੂੰ, ਅਤੇ ਸਾਡੇ ਜ਼ੀਰੋ ਮਸਟਾਈਟਸ ਹੈ ਫਾਰਮ 'ਚ। ਨਾਰੀ ਸਸ਼ਕਤੀਕਰਨ ਸਕੀਮ ਦੇ ਅੰਡਰ ਨਾ ਮੇਰੀ ਵਾਈਫ ਨੇ ਪਹਿਲਾਂ ਕੀਤਾ ਅਪਲਾਈ ਕੀਤਾ, ਫਿਰ ਇੰਟਰਵਿਊ ਵੀ ਹੋਈ ਸਾਡੀ DC ਦਫ਼ਤਰ 'ਚ, ਉਹਨਾਂ ਨੇ ਪਾਸ ਕੀਤਾ ਸਾਨੂੰ ਵੀ ਬੰਦਿਆਂ ਨੇ ਕੰਮ ਕਰਨਾ ਹੈ। ਹਾਂ, ਉਹਨਾਂ ਨੇ ਬਕਾਇਦਾ ਪੁੱਛਿਆ ਵੀ ਇੰਨੇ ਮਤਲਬ ਕਿੰਨੀ ਬਰਸੀਨ ਖੇਤ 'ਚ ਆਪਾਂ ਪਾਉਂਦੇ ਹਾਂ, ਬੀਜ ਕਿੰਨੇ ਕਿੱਲਿਆਂ ਦਾ ਬੀਜ ਹੁੰਦਾ, ਕਿੰਨਾ ਲੱਗਦਾ ਬਰਸੀਨ ਦਾ, ਉਹ ਬਕਾਇਦਾ ਸਾਹਿਬ ਨੂੰ ਕੁਐਸਚਨ ਪੁੱਛਦੇ ਹਾਂ ਪੂਰੀ ਮਤਲਬ ਤਸੱਲੀ ਕਰਾ ਕੇ ਫਿਰ ਉਹ ਕਰਦੇ। ਹਾਂ, ਪੂਰੀ ਤਸੱਲੀ ਕਰਾ ਕੇ ਫਿਰ ਉਹ ਦੇਖ ਲੈਂਦੇ ਹਾਂ ਵੀ ਇਹਨਾਂ ਨੇ ਕਰਨਾ ਕੰਮ। ਅਸੀਂ ਸਟੱਡੀ ਔਰ ਮੈਰਿਜ ਤੋਂ ਬਾਅਦ ਬਿਲਕੁਲ ਫ੍ਰੀ ਸੀ, ਅਤੇ ਖੇਤੀਬਾੜੀ 'ਚ ਇੰਨਾ ਕੁਛ ਹੁੰਦਾ ਨਹੀਂ ਸੀਗਾ, ਕਾਫੀ ਸਾਲ ਇੱਦਾਂ ਹੀ ਸਟਰਗਲ ਕਰਦੇ ਰਹੇ। ਉਹ ਤੋਂ ਬਾਅਦ ਕਿਸੇ ਨੇ ਸਾਨੂੰ ਬਾਹਰ ਹੀ ਮੇਰੇ ਹਸਬੈਂਡ ਨੂੰ ਸੁਜੈਸਟ ਕੀਤਾ ਕਿ ਤੁਸੀਂ ਆਹ ਅਪਲਾਈ ਕਰ ਲਓ ਇੱਥੇ ਕੋਰਸ ਵਾਸਤੇ, ਅਤੇ ਇੱਦਾਂ ਕਰਕੇ ਲੇਡੀਜ਼ ਦੇ ਨਾਮ 'ਤੇ 50% ਸਬਸਿਡੀ 'ਤੇ ਚੱਲਦਾ ਇਹ ਸਕੀਮ, ਅਤੇ ਮੈਂ ਫਿਰ ਉੱਥੇ ਟ੍ਰੇਨਿੰਗ ਲੈ ਲਈ। ਟ੍ਰੇਨਿੰਗ ਲਈ ਮੈਂ ਉੱਥੇ ਚਤਾਮਲੀ ਪਸ਼ੂ ਪਾਲਣ ਡੇਅਰੀ ਵਿਕਾਸ ਵਿਭਾਗ, ਐਕਚੁਲੀ ਪਹਿਲੇ ਸਾਡੇ ਕੋਲ ਮੱਝਾਂ ਸੀਗੀਆਂ। ਹਾਂਜੀ, ਅਤੇ ਮੱਝਾਂ ਉਹ ਥੋੜ੍ਹਾ ਜਿਹਾ ਉਹਨਾਂ ਦਾ ਮਿਲਕਿੰਗ ਪੀਰੀਅਡ ਘੱਟ ਹੁੰਦਾ ਅਤੇ ਉਹ ਡਰਾਈ ਜ਼ਿਆਦਾ ਰਹਿੰਦੀ ਹੈ, ਉਹ 'ਚ ਕੁਛ ਹੁੰਦਾ ਨਹੀਂ ਸੀ। ਫਿਰ ਅਸੀਂ ਉੱਦਾਂ ਹੀ ਘਰ ਵਾਸਤੇ 2 ਗਾਵਾਂ ਲੱਤੀਆਂ, ਅਤੇ ਉਹਨਾਂ ਦਾ ਅਸੀਂ ਦੇਖਿਆ ਕਿ ਬਹੁਤ ਵਧੀਆ ਰਿਜ਼ਲਟ ਹੈ ਗਾਵਾਂ ਦਾ, ਅਤੇ ਫਿਰ ਉਹਨੂੰ ਅਸੀਂ ਜ਼ਿਆਦਾ ਕੁਆਂਟਿਟੀ 'ਚ ਲੈਣ ਬਾਰੇ ਸੋਚਿਆ ਗਾਵਾਂ ਨੂੰ, ਅਤੇ ਹੌਲੀ ਹੌਲੀ ਇਸ ਪਾਸੇ ਸਾਡਾ ਧਿਆਨ ਹੋ ਗਿਆ, ਅਤੇ ਅਸੀਂ ਸੋਚ ਲਿਆ ਕਿ ਅਸੀਂ ਇਹੀ ਆਪਣਾ ਪ੍ਰੋਫੈਸ਼ਨ ਬਣਾਉਣਾ। ਵੈਸੇ ਮੈਂ ਤਾਂ ਬਹੁਤ ਇੰਜੋਏ ਕਰਦੀ ਹਾਂ ਇਸ ਕੰਮ ਨੂੰ, ਅਤੇ ਮੈਨੂੰ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਇਸ ਕੰਮ 'ਚ, ਅਤੇ ਲੇਬਰ ਵੀ ਮੇਰੇ ਕੋਲ ਨਹੀਂ ਸੀ ਹੁਣ ਤੱਕ, ਤਾਂ 6 ਸਾਲ ਹੋ ਗਏ ਆ, ਅਤੇ ਇਸ ਵਾਰੀ ਅਸੀਂ ਰੱਖਿਆ ਨੌਕਰ, ਅਤੇ ਹੁਣ ਤੱਕ ਲੇਬਰ ਨਹੀਂ ਸੀ, ਪਰ ਮੈਂ ਤਾਂ ਬਹੁਤ ਇੰਜੋਏ ਨਾਲ ਕੀਤਾ ਇਸ ਕੰਮ ਨੂੰ, ਸੱਟਾਂ ਵੀ ਬਹੁਤ ਖਾਧੀਆਂ ਅਤੇ ਡੀਮੋਟੀਵੇਟ ਵੀ ਲੋਕਾਂ ਨੇ ਬਹੁਤ ਕੀਤਾ। ਜਦੋਂ ਅਸੀਂ ਸਟਾਰਟ ਕੀਤਾ ਸੀ ਉਦੋਂ ਬਹੁਤ ਡੀਮੋਟੀਵੇਟ ਕੀਤਾ ਲੋਕਾਂ ਨੇ ਕਿ ਨਹੀਂ ਇਹ 'ਚ ਕੁਛ ਨਹੀਂ ਬਚਦਾ, ਇਹ ਪਰੇਸ਼ਾਨੀ ਹੈ, ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਆ ਆਹ ਕੰਮ ਕਰਨ 'ਚ, ਇਹ ਹੈ ਵੋ ਹੈ ਨਹੀਂ। ਪਰ ਮੈਨੂੰ ਨਹੀਂ ਲੱਗਿਆ ਕਿ ਮੈਂ ਪਹਿਲੇ ਦਿਨ ਤੋਂ ਸੋਚ ਲਿਆ ਸੀ ਜਦੋਂ ਮੈਂ ਕੋਰਸ ਕਰਨ ਗਈ ਸੀ ਕਿ ਹਾਂ ਮੈਂ ਕਰਨਾ ਹੀ ਕਰਨਾ। ਪਹਿਲਾਂ ਤਾਂ ਮੈਂ ਦੇਖਣ ਹੀ ਗਈ ਸੀ ਕਿ ਕਿਵੇਂ ਹੁੰਦਾ, ਕਿ ਹੈ ਵੀ ਹੈ ਕੁਛ ਕਿ ਐਵੇਂ ਹੀ ਨਹੀਂ, ਪਰ ਉੱਥੇ ਜਾ ਕੇ ਜੋ ਮੈਂ ਗੱਲਾਂ ਸੁਣੀਆਂ ਉਹਨਾਂ ਦੇ ਬਹੁਤ ਵਧੀਆ ਸਮਝਾਉਂਦੇ ਨੇ ਡਾਕਟਰ ਵੀ, ਅਤੇ ਇਸ ਡਿਪਾਰਟਮੈਂਟ ਦੇ ਜਿਹੜੇ ਪ੍ਰੋਫੈਸਰਸ ਨੇ, ਅਤੇ ਬਹੁਤ ਵਧੀਆ ਲੱਗਿਆ ਮੈਨੂੰ, ਅਤੇ ਮੈਂ ਉਸੇ ਦਿਨ ਤੋਂ ਸੋਚਦਾ ਸੀ ਕਿ ਮੈਂ ਕਰਨਾ ਇਹਨੂੰ ਕੰਮ ਨੂੰ। ਹਾਂ, ਮੈਨੂੰ ਸਾਰੇ ਕਹਿੰਦੇ ਆ, ਮਤਲਬ ਸਟਾਰਟਿੰਗ ਤੋਂ ਜਿਹੜੀ ਉਹ ਇੱਦਾਂ ਦੇ ਹੁੰਦੇ ਆ ਨਾ ਲੋਕ, ਉਹ ਉੱਦਾਂ ਦੇ ਹੀ ਰਹਿੰਦੇ ਆ, ਉਹਨਾਂ ਦੀ ਥਿੰਕਿੰਗ ਚੇਂਜ ਨਹੀਂ ਹੁੰਦੀ, ਅਤੇ ਉਹ ਮੈਨੂੰ ਹੁਣ ਵੀ ਇਹੀ ਕਹਿੰਦੇ ਕਿ ਗੋਹੇ 'ਚ ਪਾਗਲ ਹੋਈ ਫਿਰਦੀ ਹੈ ਕਿ ਨਹੀਂ ਇਹਨੇ ਪੜ੍ਹ ਲਿਖ ਕੇ ਕਿਹੜਾ ਕੰਮ ਕੀਤਾ, ਕਿਆ ਬਣੀ ਫਿਰਦੀ ਹੈ, ਇਹਦੀ ਸ਼ਕਲ ਸੂਰਤ ਕੀ ਹੋ ਗਈ, ਫਲਾਣਾ ਇਹ ਵੋ। ਪਰ ਮੈਂ ਹੁਣ ਵੈਸੇ ਸੋਸ਼ਲੀ ਜਾਣਾ ਘੱਟ ਹੀ ਕੀਤਾ ਹੋਇਆ, ਮੇਰਾ ਤਾਂ ਇੱਕੋ ਹੀ ਮੋਟਿਵ ਹੈ ਕਿ ਸਵੇਰੇ 3:30 ਤੋਂ ਫਾਰਮ 'ਤੇ ਰਾਤ ਤੱਕ 9 ਵਜੇ ਤੱਕ। ਹਾਂਜੀ, ਮੈਂ ਸੋਸ਼ਲੀ ਐਡਾ ਜਾਂਦੀ ਨਹੀਂ, ਪਰ ਮੈਨੂੰ ਜੇ ਕੋਈ ਕਹਿੰਦਾ ਤਾਂ ਮੈਂ ਕੁਛ ਕਹਿੰਦੀ ਨਹੀਂ ਅੱਗੋਂ। ਹਾਂ, ਇਹ ਕਿਉਂਕਿ ਬਹਿਸ ਮੇਰੇ ਤੋਂ ਹੁੰਦੀ ਨਹੀਂ ਕਿਸੇ ਨਾਲ, ਅਤੇ ਮੈਨੂੰ ਲੱਗਦਾ ਕਿ ਟਾਈਮ ਜਿਹੜਾ ਹੈ ਨਾ ਉਹ ਸਭ ਕੁਛ ਕਲੀਅਰ ਕਰ ਦਿੰਦਾ। ਜਦੋਂ ਸ਼ੁਰੂ 'ਚ ਅਸੀਂ ਫਾਰਮ ਕੀਤਾ ਸੀ ਤਾਂ ਲੋਕ ਬਹੁਤ ਹੱਸਦੇ ਸੀ ਸਾਨੂੰ ਦੇਖ ਦੇਖ ਕੇ ਕੀ ਕਰ ਲੈਣਗੇ, ਅਤੇ ਹੁਣ ਆਪੇ ਹੀ ਸਾਰੇ ਕਈ ਵਾਰੀ ਤਾਂ ਕੋਈ ਸਲਾਹ ਵੀ ਲੈਣ ਆਉਂਦੇ ਨੇ ਕੋਈ ਪ੍ਰੋਬਲਮ ਹੋ ਜਾਏ ਕਿਸੇ ਦੇ ਪਸ਼ੂ ਨੂੰ, ਮੈਡੀਸਨ ਵੀ ਪੁੱਛਣ ਆਉਂਦੇ ਨੇ। ਥੋੜ੍ਹੀ ਥੋੜ੍ਹੀ ਥਿੰਕਿੰਗ ਚੇਂਜ ਹੋ ਰਹੀ ਹੈ ਲੋਕਾਂ ਦੀ, ਅਤੇ ਮੈਂ ਆਪਣਾ ਵੈਸੇ ਪਰਸਨਲੀ ਕਿਸੇ ਨੂੰ ਕੋਈ ਵਿਊ ਨਹੀਂ ਦਿੰਦੀ ਇਸ ਬਾਰੇ, ਕਿਉਂਕਿ ਉਹ ਲੋਕ ਮਜ਼ਾਕ ਕਰਦੇ ਆ ਪਿੰਡਾਂ 'ਚ। ਸਾਡੇ ਕੋਲ ਇੱਕ ਮੱਝ ਮੈਂ ਰੱਖ ਲਈ ਸੀ ਜਦੋਂ ਗਾਵਾਂ ਦਾ ਅਸੀਂ ਕੀਤਾ ਸੀ, ਅਤੇ ਇੱਕ ਤਾਂ ਮੈਨੂੰ ਇਹਨਾਂ ਦਾ ਡਿਵੈਲਪ ਕਰਨਾ, ਇਹ ਮੇਰੇ ਕੋਲ 2 ਕੱਟੀਆਂ ਹੋ ਗਈਆਂ, ਇਹ 18 ਮਹੀਨੇ ਦੀ ਕੱਟੀ ਹੈ। ਹਾਂਜੀ, AI ਇਹਦੀ ਹੋ ਚੁੱਕੀ,
ਤੇ ਹੁਣ ਇਹਨਾਂ ਗਾਵਾਂ ਦੀ ਵੀ ਨਵੀਂ ਬਰੀਡ ਇੱਕ ਦੋ ਜਿਹੜੀ ਡੈਨਮਾਰਕ ਦੀਆਂ ਵੱਛੀਆਂ ਉਹ ਮੈਂ ਤਿਆਰ ਕਰ ਰਹੀ ਹਾਂ। ਹਾਂਜੀ, ਅਤੇ ਮੇਰੀ ਤਾਂ ਇਸੇ 'ਚ ਹੈ ਕਿ ਵਧੀਆ ਵਧੀਆ ਜਿਹੜੀਆਂ ਨਸਲਾਂ ਉਹ ਤਿਆਰ ਕਰੀਏ ਅਸੀਂ ਅਤੇ ਦੁੱਧ ਹੋਰ ਵਧੀਆ ਹੋਵੇ। ਇੱਥੇ ਸਾਡੇ ਨੇੜੇ ਬੱਕਰੀਆਂ ਲੈ ਕੇ ਫਿਰਦੇ ਹੁੰਦੇ ਸੀ ਅਤੇ ਇੱਕ ਮੈਨੂੰ ਬੱਚੇ ਬੜੇ ਪਿਆਰੇ ਲੱਗਦੇ ਸੀ ਉਹਨਾਂ ਦੇ, ਅਤੇ ਦੂਜਾ ਉੱਥੇ ਵੀ ਸਾਨੂੰ ਕੋਰਸ 'ਚ ਦੱਸਿਆ ਸੀ ਕਿ ਇਹਨਾਂ ਦੀ ਜਿਹੜੇ ਮਿੰਗਣਾਂ 'ਚ ਨਾ ਨਾਈਟ੍ਰੋਜਨ ਦੀ ਬਹੁਤ ਜ਼ਿਆਦਾ ਹੁੰਦੀ ਹੈ ਉਹ 'ਚ ਕੁਆਂਟਿਟੀ, ਅਤੇ ਉਹਦੀ ਵਜ੍ਹਾ ਤੋਂ ਕਹਿੰਦੇ ਮਸਟਾਈਟਸ ਨਹੀਂ ਹੁੰਦੀ ਗਾਵਾਂ ਨੂੰ, ਅਤੇ ਸਾਡੇ ਜ਼ੀਰੋ ਮਸਟਾਈਟਸ ਹੈ ਫਾਰਮ 'ਚ। ਅੱਛਾ, ਹਾਂਜੀ, ਅਤੇ ਮੈਂ ਉਹ ਨਾ ਇਹਨਾਂ 'ਚ ਮਤਲਬ ਉੱਥੋਂ ਸਾਫ਼ ਸਫਾਈ ਕਰਕੇ ਬੱਕਰੀਆਂ ਵਾਲੇ 'ਚੋਂ ਇਹ 'ਚ ਖਿਲਾਰ ਦਿੰਦੇ ਹਾਂ ਉਹਨਾਂ ਦੇ ਵੇਸਟੇਜ ਜਿਹੜੀ ਹੈਗੀ ਆ, ਅਤੇ ਮਸਟਾਈਟਸ ਨਹੀਂ ਸਾਡੇ ਹੁੰਦੀ ਬਿਲਕੁਲ ਵੀ। ਮੈਂ ਤਾਂ ਇਹੀ ਕਹਿੰਦੀ ਹਾਂ ਕਿ ਲੋਕ ਕਹਿੰਦੇ ਕਿ ਪੰਜਾਬ ਕਰਜ਼ਾਈ ਹੋ ਗਿਆ ਅਤੇ ਬਾਹਰ ਨੂੰ ਭੱਜੋ, ਅਤੇ ਜੇ ਬਾਹਰ ਜਾ ਕੇ ਵੀ ਇਹੀ ਕੰਮ ਕਰਨੇ ਆ, ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਦੇ ਔਰ ਆਪਣੇ ਪੇਰੈਂਟਸ ਦੇ ਨਾਲ ਰਹਿ ਕੇ ਹੀ ਆਪਣੀ ਫੈਮਿਲੀ 'ਚ ਨਾ ਜ਼ਮੀਨਾਂ ਵੇਚੋ ਅਤੇ ਨਾ ਕੁਛ ਇੱਦਾਂ ਦਾ ਬਾਹਰ ਨੂੰ ਭੱਜੋ, ਅਤੇ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਜੀ ਆਹ ਕੰਮ, ਅਤੇ ਕਰੋ ਇੱਕ ਇੱਕ ਦੋ ਦੋ ਪਸ਼ੂ ਜਿਨ੍ਹਾਂ ਦੇ ਹੈਗਾ ਵਧਾਓ ਇਹਨੂੰ, ਇਹਨੂੰ ਕੰਮ ਨੂੰ ਕਰੋ। ਮਤਲਬ ਜਿਹੜੀਆਂ ਬੀਬੀਆਂ ਚਾਹੁੰਦੀਆਂ ਜਾਂ ਜਿਹੜੇ ਆਪਣੇ ਜ਼ਮੀਨਾਂ ਤੋਂ ਬਗੈਰ ਵਾਲੇ ਉਹ ਇਹ ਕੰਮ ਖੋਲ੍ਹ ਸਕਦੇ ਆਰਾਮ ਨਾਲ ਤੁਹਾਡੇ ਹਿਸਾਬ ਨਾਲ? ਹਾਂਜੀ, ਹੈ ਨਾ। ਇਸ ਕੰਮ 'ਚ ਇੱਕ ਹੋਰ ਵੀ ਹੈ, ਇਨਕਮ ਇਸ ਦੀ ਨਾਲ ਸਟਾਰਟ ਹੋ ਜਾਂਦੀ ਹੈ ਕੰਮ 'ਚ। ਜੇ ਤੁਸੀਂ ਇੱਕ ਗਾਂ ਲਈ ਉਹਦੇ ਇਹ ਹੈ ਵੀ ਤੁਹਾਨੂੰ ਨਾਲ ਦੀ ਨਾਲ 10 ਦਿਨਾਂ ਬਾਅਦ ਪੇਮੈਂਟ ਆਉਣੀ ਸ਼ੁਰੂ ਹੋਊਗੀ ਅਤੇ 6-7 ਮਹੀਨੇ ਦੇ ਵਿੱਚ ਤੁਹਾਨੂੰ ਉਸਦੇ ਪੈਸੇ ਰਿਟਰਨ ਆ ਜਾਂਦੇ ਆ।